ਕੀ ਨਾਮ ਤੇਰਾ ਰਾਜੇ? ਦੀਪਕ ਜੀ। ਪਿੰਡ? ਹੰਬੜਾ ਜੀ। ਅੱਛਾ, ਇੱਥੇ ਆ ਜਿਹੜੇ ਘਰ 'ਚ ਰਹਿੰਦਾ ਇਹ ਤੇਰਾ ਆਪਦਾ? ਨਹੀਂ ਜੀ, ਕਿਰਾਏ 'ਤੇ ਆ। ਅੱਛਾ, ਹੁਣ ਦੱਸ ਕਿੱਥੇ ਤੇਰੇ ਲੱਗੀ ਹੋਈ ਹੈ? ਇੱਥੋਂ ਜੀ ਮੇਰੇ ਹੱਡੀ ਟੁੱਟੀ। ਅੱਛਾ, ਅਤੇ ਇੱਥੋਂ ਮੇਰਾ ਪੱਟ ਟੁੱਟਿਆ ਵਾ ਜੀ। ਅੱਛਾ, ਉਹਦੇ 'ਚ ਹਲੇ ਉਹਨੂੰ ਪਾਈ ਨਹੀਂ, ਉਹਦੇ 'ਚ ਕੁਛ ਵੀ ਜੋੜਿਆ ਨਹੀਂ, ਇੱਦਾਂ ਹੀ ਆ? ਇੱਦਾਂ ਹੀ ਹੈ ਜੀ। ਅੱਛਾ, ਜਿਹੜਾ ਸਕੰਜਾ ਪਾਇਆ ਇਹਦਾ ਹੁਣ ਓਪਰੇਸ਼ਨ ਹੋਣਾ ਵੀ ਉਹ ਹੱਡੀ ਪੂਰੀ ਹੱਡੀ ਭਰਨ ਲਈ ਓਪਰੇਸ਼ਨ ਹੋਣਾ ਜੀ? ਇਹ ਕਿੰਨਾ ਚਿਰ ਹੋ ਗਿਆ ਤੈਨੂੰ? ਇਹ 3 ਅਕਤੂਬਰ ਨੂੰ ਹੋਇਆ ਸੀਗਾ ਜੀ। 3 ਅਕਤੂਬਰ ਪਿਛਲੇ ਸਾਲ? ਹਾਂਜੀ। 6 ਮਹੀਨੇ 7 ਮਹੀਨੇ ਹੋ ਗਏ? ਹਾਂਜੀ। ਠੀਕ ਆ, ਕਾਹਦੇ ਨਾਲ ਹੋਇਆ ਸੀ? ਇਹ ਛੋਟਾ ਹੱਥੀ ਸੀਗਾ ਜੀ। ਅੱਛਾ, ਫਿਰ ਉਹਨੂੰ ਮਾਰ ਕੇ ਚਲੇ ਗਿਆ, ਮਤਲਬ ਫੇਟ ਮਾਰ ਕੇ ਚਲੇ ਗਿਆ? ਮੈਨੂੰ ਤਾਂ ਕੋਈ ਹੋਸ਼ ਨਹੀਂ ਸੀਗੀ। ਤੇ ਉਹ ਖੜਿਆ ਸੀਗਾ ਉਹਦੇ ਨਾਲ, ਕੋਈ ਹੋਈ ਸੀ ਗੱਲ ਉਹਦੇ ਨਾਲ ਜਾਂ ਕਿਵੇਂ? ਨਹੀਂ ਜੀ, ਮੈਂ ਤਾਂ ਕੰਮ ਤੋਂ ਨਿਕਲਿਆ ਸੀਗਾ ਬਸ, ਉਹਦੇ ਬਾਅਦ ਜਦੋਂ ਮੈਂ ਬੱਚਿਆ ਮੈਨੂੰ ਕੁਛ ਨਹੀਂ ਪਤਾ, ਫਿਰ ਮੈਨੂੰ ਰਾਤ ਨੂੰ ਹੋਸ਼ ਆ ਗਿਆ। ਉਦੋਂ ਬਾਅਦ ਉਹ ਫੜ ਲਿਆ ਸੀ ਪੁਲਿਸ ਨੇ ਜਾਂ ਕਿੱਦਾਂ? ਪਤਾ ਨਹੀਂ, ਮੈਨੂੰ ਹੋਸ਼ ਹੀ ਨਹੀਂ ਸੀਗਾ। ਅੱਛਾ, ਜਾਣੀ ਉਦੋਂ ਬਾਅਦ 2-4 ਦਿਨ ਬਾਅਦ ਪਤਾ ਲੱਗਿਆ ਹੋਵੇ? ਠੀਕ ਆ ਜੀ। ਜਾਣੀ ਉਹਦੇ ਨਾਲ ਕੋਈ ਗੱਲਬਾਤ ਨਹੀਂ? ਨਹੀਂ ਜੀ, ਮੇਰੀ ਕੋਈ ਗੱਲਬਾਤ ਨਹੀਂ, ਨਾ ਮੈਂ ਦੇਖਿਆ। ਠੀਕ।